ਪੰਜਾਬ ਸਰਕਾਰ ਦੇ ਵੱਲੋਂ ਰਜਿਸਟਰੀਆਂ ਕਰਵਾਉਣ ਸੰਬੰਧੀ ਐਨਓਸੀ ਦੀ ਸ਼ਰਤ ਨੂੰ ਖਤਮ ਕਰਨ ਨੂੰ ਲੈ ਕੇ ਪ੍ਰਾਪਰਟੀ ਡੀਲਰਾਂ ਦੇ ਵਿੱਚ ਖੁਸ਼ੀ ਦੀ ਲਹਿਰ ਵੇਖਣ ਨੂੰ ਮਿਲ ਰਹੀ ਹੈ ਅਤੇ ਲੱਡੂ ਵੰਡ ਕੇ ਇਸ ਖੁਸ਼ੀ ਨੂੰ ਮਨਾਇਆ ਗਿਆ। ਜਿਹੜਾ ਪੰਜਾਬ ਸਰਕਾਰ ਵੱਲੋਂ ਡਿਸੀਜਨ ਆਇਆ ਜੀ, ਬਹੁਤ ਹੀ ਸ਼ਲਾਘਾਯੋਗ ਹੈ। ਪਹਿਲਾਂ ਇਹਦੀ ਬਹੁਤ ਟਾਈਮ ਤੋਂ ਅਸੀਂ ਮਾਨ ਸਾਹਿਬ ਦੇ ਜੋ ਵੀ ਬਿਆਨ ਆਉਂਦੇ ਸੀ ਅਸੀਂ ਉਹਨਾਂ ਨੂੰ ਦੇਖਦੇ ਸੀ ਕਿ ਐਨਓਸੀ ਖੁੱਲ ਰਹੀ ਹੈ ਜੀ, ਖੁੱਲ ਰਹੀ ਹੈ। ਸਾਡੀ ਸਾਰੀ ਲੁਧਿਆਣੇ ਦੀ ਪ੍ਰਾਪਰਟੀ ਡੀਲਰ ਐਸੋਸੀਏਸ਼ਨ ਖੜੀ ਹੋਈ ਹੈ। ਸਾਨੂੰ ਬਹੁਤ ਹੀ ਮਾਣ ਹੈ ਕਿ ਜਿਹੜਾ ਮਾਨ ਸਾਹਿਬ ਵੱਲੋਂ ਇਹ ਬਹੁਤ ਸ਼ਲਾਘਾਯੋਗ ਕਦਮ ਚੁੱਕਿਆ ਗਿਆ, ਜਿਹੜੀ ਐਨਓਸੀ ਦੀ ਸ਼ਰਤ ਨੂੰ ਖਤਮ ਕੀਤਾ ਗਿਆ। ਪਹਿਲਾਂ ਇਹਦੀਆਂ ਕਿਆਸ ਰਹੀਆਂ ਸੀ ਕਿ ਨੋਟੀਫਿਕੇਸ਼ਨ ਆ ਰਹੀ ਹੈ। ਅੱਜ ਸਾਨੂੰ ਓਰੀਜਨਲ 'ਚ ਖੁਸ਼ੀ ਹੋਈ ਹੈ ਪ੍ਰਾਪਰਟੀ ਡੀਲਰ ਐਸੋਸੀਏਸ਼ਨ ਨੂੰ ਕਿ ਜਦੋਂ ਪਤਾ ਲੱਗਿਆ ਕਿ ਗਵਰਨਰ ਸਾਹਿਬ ਨੇ ਜਿਹੜਾ ਬਿੱਲ ਪਾਸ ਕਰਤਾ, ਲਗਭਗ 14,000 ਅਣ ਅਧਿਕਾਰਤ ਕਲੋਨੀਆਂ ਨੂੰ ਅਪਰੂਵਲ ਕਰ ਦੇ ਦਿੱਤੀ ਹੈ। 14,000 ਅਣ ਅਧਿਕਾਰਤ ਕਲੋਨੀਆਂ ਨੂੰ ਰੈਗੂਲਰਾਈਜ਼ ਕਰਕੇ ਐਨਓਸੀ ਖੋਲ੍ਹ ਦਿੱਤੀ ਗਈ ਹੈ। ਇਹਦੇ ਲਈ ਸਾਨੂੰ ਕੋਈ ਰਜਿਸਟਰੀ ਦੇ ਉੱਤੇ ਐਨਓਸੀ ਦੀ ਲੋੜ ਨਹੀਂ। ਇਹ ਸਾਡੇ ਲਈ ਦੀਵਾਲੀ ਦਾ ਤੋਹਫ਼ਾ ਹੀ ਹੈ ਸਰਕਾਰ ਦੇ ਵੱਲੋਂ। ਪਰ ਸਾਨੂੰ ਇੱਦਾਂ ਲੱਗਦਾ ਸੀ ਕਿ ਇਹ ਤੋਹਫ਼ਾ ਬਹੁਤ ਪਹਿਲਾਂ ਆਉਣਾ ਚਾਹੀਦਾ ਸੀ, ਪਰ ਸਾਨੂੰ ਨਹੀਂ ਸੀ ਪਤਾ ਕਿ ਮਾਨ ਸਾਹਿਬ ਦੇ ਮਨ ਦੇ ਵਿੱਚ ਇਹ ਸੀ ਕਿ ਅਸੀਂ ਇਹ ਤੋਹਫ਼ਾ ਦੀਵਾਲੀ 'ਤੇ